ਤੂੰ ਤੈਨੂੰ ਵੇਖਣਾ ਚਾਹੁੰਦੇ ਹਾਂ ਅਸੀਂ। ਥੈਂਕ ਯੂ ਭਾਈ, ਸੱਚੀ ਮੈਂ ਤਾਂ ਸੋਚਿਆ ਨਹੀਂ ਸੀ ਐਵੇਂ ਮੇਰੇ ਬਾਰੇ ਲੋਕ ਗੱਡੀ ਲੈ ਲਈ ਵੀਰੇ, ਬਿਲ ਲੈਣੀ ਆ। ਕਿਹੜਾ ਸੁਪਨਾ ਕਿਹੜਾ ਬਾਈ, ਜਦੋਂ ਨਾ ਬੰਦਾ ਇਸ ਤੂੰ ਤੇਰੇ ਕਰੈਕਟਰ 'ਚ ਦੁਬਾਰਾ। ਹਾਂ ਤੂੰ ਤੇਰੇ ਕਰੈਕਟਰ 'ਚ ਬਾਈ ਥੋੜ੍ਹਾ ਕਰਾਂਗੇ ਆਪਾਂ ਜਲਦੀ, ਹੈ ਨਾ। ਕਦੀ ਵੀ ਯਾਰ ਸਕਰੀਨ 'ਤੇ ਵੀ ਇੱਕ ਟੀਵੀ ਵਿੱਚ ਦਿਨੀ ਆਪਾਂ ਦੇਖਦੇ ਹੁੰਦੇ ਵੀ ਯਾਰ ਸੁਪਨਾ ਗਾ ਵੀ ਇਹ ਸੱਚ ਨਹੀਂ ਹੈਗਾ ਐਵੇਂ। ਵੀ ਸਾਨੂੰ ਨਾ ਇੰਝ ਲੱਗਦਾ ਹੁੰਦਾ ਵੀ ਜਿਵੇਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਸਾਨੂੰ, ਹੈ ਨਾ, ਉਵੇਂ ਕਲਾਕਾਰ ਬਣਾਇਆ ਸਾਨੂੰ ਵੀ ਜਿਹੜੇ ਪਿੰਡਾਂ ਵਾਲੇ ਨੇ ਅਸੀਂ ਉਹਨਾਂ ਨੂੰ ਨਾਲ ਹੀ ਰੱਖਾਂਗੇ। ਚੀਜ਼ ਨਾ ਕਰ ਨਾ ਨਾ, ਜਿਹੜੀ ਅਸੀਂ ਜਿੱਥੇ ਜੜ੍ਹਾਂ ਨੇ ਗੀਆਂ ਆਪਣੀਆਂ ਉਹ ਜੜ੍ਹਾਂ ਨਹੀਂ ਭੁੱਲਣੀਆਂ, ਉਹ ਤਾਂ ਕਰਨੀ ਆ ਬਾਈ। ਦੋਸਤੋ, ਪੰਜਾਬੀ ਟ੍ਰੈਡੀਸ਼ਨ ਨਾਲ ਤੁਸੀਂ ਜੁੜੇ ਹੋ, ਮੈਂ ਜੱਸੀ ਬੜਾਇਆ 'ਚ ਅੱਜ ਸਾਡੇ ਨਾਲ, ਸਾਡਾ ਸਾਰਿਆਂ ਦਾ ਆਪਣਾ ਧੂਤਾ। ਮੈਂ ਆਪਣਾ ਇਸ ਕਰਕੇ ਕਿਹਾ ਕਿਉਂਕਿ ਨਾ ਬਾਈ ਨੇ ਇਹਨਾਂ ਦੀ ਐਕਟਿੰਗ ਦੀ ਗੱਲ ਕਰੀ, ਇੰਨੀ ਕੁ ਨੈਚੁਰਲ ਆ, ਸਾਨੂੰ ਸਾਰਿਆਂ ਦੇ ਆਪਣੇ ਲੱਗਦੇ ਆ। ਸੋ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਹੋਰ ਚੜ੍ਹਦੀ ਕਲਾ ਬਾਈ, ਘੈਂਟ ਬਾਈ, ਵਧੀਆ, ਤੁਸੀਂ ਦੱਸੋ। ਮੈਂ ਜਿੱਦਾਂ ਕਹਿਣਾ ਕਿ ਬਾਈ ਆਪਣਾ, ਹੈ ਨਾ ਬਾਈ, ਜਿੰਨੇ ਮੈਂ ਤੁਹਾਡੇ ਲਈ ਕਮੈਂਟ ਪੜ੍ਹਦਾ ਇੰਸਟਾ ਤੇ, ਪੜ੍ਹਦਾ ਤੁਹਾਡੇ ਡੀਪੀ ਮਾਸਟਰ ਤੇ, ਹੈ ਨਾ, ਜੋ ਐਪੀਸੋਡ ਚੱਲਦਾ ਉਹਦੇ ਨੀਚੇ ਪੜ੍ਹਦਾ, ਉਹ ਤਾਂ ਸਾਰਿਆਂ ਦਾ ਹੁੰਦਾ ਸਾਡਾ ਆਪਣਾ ਧੂਤਾ, ਹੈ ਨਾ। ਕਹਿੰਦੇ ਬਾਈ ਜਾਣ ਜੀ ਆ ਜਾਂਦੀ ਆ ਜਦੋਂ ਤੁਸੀਂ। ਥੈਂਕ ਯੂ ਬਾਈ, ਤੁਸੀਂ ਇੰਨਾ ਪਿਆਰ ਕਰਦੇ ਹੋ, ਹੈ ਨਾ, ਤੇ ਮੈਂ ਤਾਂ ਸੋਚਿਆ ਨਹੀਂ ਸੀ ਬਾਈ, ਵਧੀਆ ਤੁਸੀਂ ਸਪੋਰਟ ਕਰਦੇ ਹੋਗੇ ਤਾਂ ਕਰਕੇ ਅੱਗੇ ਜਾਂਦਾ ਬੰਦਾ, ਤੇ ਵਧੀਆ ਲੱਗ ਰਿਹਾ ਬਾਈ ਸਾਰਾ। ਘੈਂਟ ਜ਼ਿੰਦਗੀ ਕਿਵੇਂ ਚੱਲਦੀ ਹੈ ਵੀਰੇ? ਜ਼ਿੰਦਗੀ ਬਹੁਤ ਵਧੀਆ ਬਾਈ, ਪੂਰਾ ਨਜ਼ਾਰਾ ਬਣਿਆ ਪਿਆ, ਘੈਂਟ ਹੈ, ਸਾਰੇ ਜਣੇ ਸਪੋਰਟ ਕਰਦੇ ਨੇ ਤਾਂ ਕਰਕੇ ਘੈਂਟ ਆ, ਵਧੀਆ ਬਾਈ ਹੁਣ ਕਿਰਪਾ। ਜੋ ਜ਼ਿੰਦਗੀ ਸੋਚਿਆ ਸੀਗਾ, ਹੈ ਨਾ, ਦਿਲਜੀਤ ਬਾਈ ਨਾਲ ਫਿਲਮ ਕੀਤੀ, ਸਾਰਾ ਕੁਝ ਜੋ ਸੋਚਿਆ ਸੀ ਉਦਾਂ ਹੋ ਰਿਹਾ, ਜਾਂ ਕਈ ਵਾਰੀ ਏਦਾਂ ਹੁੰਦਾ ਯਾਰ ਵੀ ਕੁਦਰਤ ਨੇ ਬਹੁਤ ਵੱਧ ਦਿੱਤਾ? ਹਾਂ, ਉਹ ਸੋਚਿਆ, ਆਪਾਂ ਸੋਚਦਾ ਤਾਂ ਹਰ ਇੱਕ ਹੀ ਹੁੰਦਾ, ਹੈ ਨਾ, ਜੋ ਮੈਂ ਸੋਚਿਆ ਉਦੋਂ ਵੱਧ ਦਿੱਤਾ ਮੈਨੂੰ। ਮੈਂ ਕਹਿੰਦਾ ਮੈਂ ਉੱਥੋਂ ਤੱਕ ਸੋਚਿਆ ਨਹੀਂ ਸੀ, ਪਰ ਮੈਂ ਹਾਂ ਸੋਚਦਾ ਜ਼ਰੂਰ ਸੀ ਵੀ ਐਮ ਏ ਕਰਨਾ ਯਾਰ ਐਮ ਏ ਕਰਨਾ, ਪਰ ਬਹੁਤ ਛੇਤੀ ਅਤੇ ਬਹੁਤ ਵੱਡਾ ਦਿੱਤਾ ਰੱਬ ਨੇ, ਵਧੀਆ। ਵੀਰੇ ਮੈਂ ਤੁਹਾਡੇ ਤੋਂ ਪੁੱਛਾਂ, ਜੇ ਦਲਜੀਤ ਬਾਈ ਉਹਨਾਂ ਨੂੰ ਮਿਲਣ ਤੋਂ ਬਾਅਦ ਜਾਂ ਇੰਨੀ ਸ਼ੋਹਰਤ ਪਾਉਣ ਤੋਂ ਬਾਅਦ, ਜੇ ਮੈਂ ਤੁਹਾਡੇ ਤੋਂ ਪੁੱਛਾਂ ਕੋਈ ਪਿੰਡੀ ਵਾਲੇ 'ਚ ਕੋਈ ਚੇਂਜ ਤੁਹਾਨੂੰ ਲੱਗਿਆ ਯਾਰ ਵੀ ਹੁਣ ਥੋੜ੍ਹਾ ਜਿਹਾ ਮੈਨੂੰ ਇਹ ਆਪਣੇ ਆਪ 'ਚ ਚੇਂਜ ਲੱਗਿਆ? ਕਿਵੇਂ ਜੀ? ਸੁਭਾਅ ਚਲਾ ਲਈਏ ਕਿਸੇ ਵੀ, ਮਤਲਬ ਬਸ ਸਿੱਖਣ ਨੂੰ ਬਹੁਤ ਕੁਛ ਮਿਲਿਆ ਬਾਈ ਤੋਂ, ਜਿਹੜਾ ਉਹਨਾਂ ਦਾ ਔਰਾ ਹੈਗਾ, ਹੈ ਨਾ, ਜਿਵੇਂ ਉਹਨਾਂ ਲਵੇ ਗਿਆ ਮੈਂ, ਹੈ ਨਾ, ਉੱਥੇ ਬੈਠਿਆ ਅਤੇ ਉਵੇਂ ਮੈਂ ਉਹਨਾਂ ਨੂੰ ਸਿੱਖਿਆ, ਹੈ ਨਾ, ਵੀ ਬਾਈ ਹੋਰੇ ਕਿਵੇਂ ਪੋਜ਼ਿਟਿਵਿਟੀ 'ਚ ਰਹਿੰਦੇ ਨੇ, ਕਿਵੇਂ ਉਹ ਵੱਡੇ, ਹੈ ਨਾ, ਉਹਨਾਂ ਦੇ ਸੁਪਨੇ ਨੇ, ਐਵੇਂ ਫਿਰ ਥੋੜ੍ਹਾ ਜਿਹਾ ਲਵੇ ਬਹਿ ਕੇ ਪਤਾ ਲੱਗਦਾ, ਹੈ ਨਾ, ਵੀ ਉਹ ਐਡੀ ਦੂਰ ਕਿਵੇਂ ਗਏ ਨੇਗੇ, ਤਾਂ ਫਿਰ ਆਪਾਂ ਵੀ ਜਾ ਸਕਦੇ ਹਾਂਗੇ ਉਵੇਂ, ਹੈ ਨਾ, ਪਰ ਬਹੁਤ ਮਿਹਨਤ ਕਰਦੇ ਨੇ ਬਾਈ, ਤਾਂ ਆਪਾਂ ਨੂੰ ਵੀ ਐਂ ਹੋਇਆ ਯਾਰ ਵੀ ਇੱਕ ਟਾਈਮ ਹੈਗਾ ਆਪਣੇ ਲਵੇ, ਹੈ ਨਾ, ਤਾਂ ਉਹਦੇ ਹਿਸਾਬ ਨਾਲ ਆਪਾਂ ਅੱਗੇ ਮਿਹਨਤ ਕਰੀਏ, ਟਾਈਮ ਖਰਾਬ ਨਾ ਕਰੀਏ। ਜੱਸਾ ਬਾਈ ਨੂੰ ਮਿਲਿਆ, ਜੱਸਾ ਬਾਈ ਕਹਿੰਦਾ ਜਦੋਂ ਨਾ ਧੂਤਾ, ਕਹਿੰਦਾ ਮੈਂ ਧੂਤ ਨੂੰ ਕਿਹਾ ਵੀ ਜਦੋਂ ਦਲਜੀਤ ਬਾਈ ਲਵੇ ਤੂੰ ਚੱਲ ਗਿਆ ਨਾ, ਬਸ ਵੀਡੀਓ ਕਾਲ ਲਾ ਲਈ, ਕਹਿੰਦਾ ਮੈਨੂੰ ਫੈਨ ਆ ਬਾਈ ਦਾ, ਤੇ ਮੈਂ ਲਾਈਵ ਵੀ ਸੀ ਤੇ ਉਦੋਂ ਉਹਨੇ ਫੋਨ ਨਹੀਂ ਚੱਕਿਆ, ਤੇ ਸੱਚੀ ਬਾਈ ਸਾਡੇ ਸਾਰੀ ਟੀਮ ਦੇ, ਹੈ ਨਾ, ਜੱਸੇ ਦੇ ਮੇਰੇ ਸਾਡੇ ਸਾਰਿਆਂ ਦੇ ਸੁਪਨੇ ਪੂਰੇ ਹੋ ਰਹੇ ਨੇ, ਤੇ ਮੈਂ ਦਲਜੀਤ ਬਾਈ ਤੋਂ ਬਹੁਤ ਕੁਛ ਸਿੱਖਿਆ, ਤੇ ਜਗਦੀਪ ਸਿੱਧੂ ਬਾਈ ਜਿਨ੍ਹਾਂ ਨੇ, ਹੈ ਨਾ, ਜੱਟ ਐਂਡ ਜੂਲੀਅਟ ਲਿਖੀ, ਤੇ ਸੱਚੀ ਬਾਈ ਮੇਰੇ ਲਈ ਤਾਂ ਰੱਬ ਨੇ ਗਏ, ਹੈ ਨਾ, ਜਗਦੀਪ ਸਿੱਧੂ ਬਾਈ ਵੀ ਮੈਨੂੰ ਤਾਂ ਵਧੀਆ ਬਹੁਤ ਕੁਛ ਸਿਖਾਇਆ ਬਾਈ ਉਹਨਾਂ ਨੇ, ਵੀ ਆਪਾਂ ਪਿੰਡ ਦੇ ਵਿੱਚ ਹੁੰਦੇ ਉੱਥੇ ਆਪਾਂ ਸੋਚਦੇ ਹੁੰਦੇ ਹਾਂ ਵੀ ਯਾਰ ਐਂ ਕਰਾਂਗੇ ਐਂ ਕਰਾਂਗੇ, ਤੇ ਜਦੋਂ ਸਾਨੂੰ ਉਹੀ ਬੰਦੇ ਮਿਲ ਜਾਂਦੇ ਨੇ ਤਾਂ ਫਿਰ ਇੱਕ ਸੁਪਨਾ ਜਿਹਾ ਲੱਗਦਾ ਹੁੰਦਾ, ਤੇ ਫਿਰ ਵਧੀਆ ਐਨਰਜੀ ਹੁੰਦਾ ਸੀ ਵੀ ਬਾਈ ਹੋਰਾਂ ਨੂੰ ਬਹੁਤ ਮਿਲਦੇ ਆ, ਹੈ ਨਾ, ਜਦੋਂ ਵੀ ਯਾਰ ਹੁਣ ਬਾਈ ਨਾਲ ਕੀ ਗੱਲ ਕਰਾਂਗੇ, ਤੂੰ ਕੁਛ ਲੈ ਕੇ ਚੱਲੇ ਜਿਵੇਂ ਦਿਮਾਗ 'ਚ ਯਾਰ ਦਲਜੀਤ ਬਾਈ ਨੂੰ ਮਿਲੇ ਨਾ, ਤਾਂ ਆਹ ਮੈਂ ਗੱਲ ਉਹਨਾਂ ਨਾਲ ਜ਼ਰੂਰ ਕਰੂੰ ਬਾਈ। ਮੈਂ ਨਾ ਵੀ ਐਵੇਂ ਨਹੀਂ ਵੀ ਮੈਂ ਐਵੇਂ ਵੀ ਆਹ ਗੱਲ ਕਰੂੰਗਾ ਆਹ ਗੱਲ ਕਰੂੰਗਾ, ਮੈਨੂੰ ਤਾਂ ਇਹ ਸੀਗਾ ਵੀ ਜਦੋਂ ਮੇਰੇ ਉੱਥੇ ਕੀਤਾ ਸੀ ਸਾਰਿਆਂ ਨੇ, ਹੈ ਨਾ, ਬਾਈ ਮੇਰੇ ਕੋਲ ਬੈਠਿਆ ਮੈਂ ਬੈਠਿਆ ਐਵੇਂ, ਹੈ ਨਾ, ਮੈਨੂੰ ਐਂ ਲੱਗ ਰਿਹਾ ਸੀ ਵੀ ਯਾਰ ਸਕਰੀਨ 'ਤੇ ਵੀ ਇੱਕ ਟੀਵੀ ਵਿੱਚ ਦਿਨੀ ਆਪਾਂ ਦੇਖਦੇ ਹੁੰਦੇ ਵੀ ਯਾਰ ਸੁਪਨਾ ਗਾ ਵੀ ਇਹ ਸੱਚ ਨਹੀਂ ਹੈਗਾ ਐਵੇਂ, ਪਰ ਫਿਰ ਸੱਚੀ ਮੈਂ ਤਾਂ ਰੱਬ ਨਹੀਂ ਕਹਿਣਾ ਹੁੰਦਾ ਵੀ ਤੈਂ ਵੀ ਵਧੀਆ ਕਰਤਾ, ਪਰ ਮੈਨੂੰ ਤਾਂ ਐਂ ਸੀ ਵੀ ਮੈਂ ਦੇਖਾਂ ਬਾਈ ਨੂੰ ਸੁਣਾ ਵੀ ਬਸ ਵੀ ਮੈਂ ਬਾਹਲਾ ਹੋ ਨਾ ਕਰਾਂ, ਹੈ ਨਾ, ਵੀ ਮੈਂ ਸਿੱਖੂੰਗੀ ਬਾਈ ਤੋਂ ਐਵੇਂ। ਆਪਾਂ ਇੱਥੇ ਪਹੁੰਚਿਆਂਗੇ, ਗੱਡੀ ਲੈ ਲਈ ਵੀਰੇ? ਬਿਲ ਲੈਣੀ ਆ। ਕਿਹੜਾ ਸੁਪਨਾ ਕਿਹੜਾ ਬਾਈ, ਜਦੋਂ ਨਾ ਬੰਦਾ ਇਸ ਫੀਲਡ 'ਚ ਆਉਂਦਾ ਇਹ ਹੁੰਦਾ ਯਾਰ ਵੀ ਜਦੋਂ
ਤੁਹਾਡੀ ਸ਼ੋਹਰਤ ਮਿਲ ਗਈ, ਦੌਲਤ ਮਿਲ ਗਈ ਤਾਂ ਗੱਡੀ ਲਵਾਂਗੇ। ਸੋ ਤੁਹਾਡਾ ਬਾਈ ਕਿਹੜਾ ਮਤਲਬ ਮੰਨ ਕੇ ਚੱਲੇ? ਮੇਰਾ ਬਾਈ ਥਾਰ ਦਾ। ਹਾਂ, ਮੈਂ ਜਦੋਂ ਪਿੰਡ ਤੀ ਹੈ ਨਾ, ਵੀ ਉਦੋਂ ਆਪਾਂ ਸੁਪਨੇ ਸੋਚਦੇ ਹੁੰਦੇ ਹਾਂਗੇ ਵੀ ਯਾਰ ਆਹ ਗੱਡੀ ਹੋਊ, ਐਂ ਹੋਊਗਾ, ਵੀ ਉਹ ਹੈਗਾ ਬਾਈ ਥਾਰ ਦਾ, ਵੀ ਹਾਂ ਯਾਰ ਰੱਬ ਥਾਰ ਦੂਗਾ। ਤੇ ਫਿਰ ਫਿਰ ਹੁਣ ਬਾਈ ਉਹਨੇ ਲੈ ਲੈਣੀ ਹੈ ਗੱਡੀ, ਬਸ ਥੋੜ੍ਹੇ ਜਿਹੇ ਟਾਈਮ 'ਚ ਲੈ ਲੈਣੀ ਹੈ ਬਾਈ। ਹਾਂ, ਤੁਸੀਂ ਫੀਲ ਕਰਦੇ ਹੋ ਨਾ, ਅਸੀਂ ਆਰਟਿਸਟ ਨੂੰ ਕਈ ਵਾਰੀ ਉਦੋਂ ਵੱਡਾ ਮੰਨਦੇ ਹਾਂ ਵੀ ਯਾਰ ਬੰਦਾ ਗੱਡੀ ਕਿਹੜੀ 'ਚ ਆਇਆ, ਇਹ ਹੁੰਦਾ ਫੀਲ ਵੀ ਆ? ਮੈਨੂੰ ਲੱਗਦਾ ਗੱਡੀਆਂ ਨਾਲ ਤਾਂ ਨਹੀਂ ਬਾਈ ਵੱਡਾ ਹੁੰਦਾ, ਹੈ ਨਾ, ਨਾ ਕੱਪੜਿਆਂ ਨਾਲ, ਬੰਦੇ ਦੇ ਵਧੀਆ ਸੋਚ ਵਧੀਆ ਹੋਵੇ ਅਤੇ ਸਾਰਾ ਬੰਦੇ ਦਾ ਨੇਚਰ ਵਧੀਆ ਹੋਵੇ ਤਾਂ ਠੀਕ ਆ। ਵੀ ਮੈਂ ਆਹੀ ਚੀਜ਼ਾਂ ਸਿੱਖੀਆਂ ਦਲਜੀਤ ਬਾਈ ਤੋਂ, ਐਮੀ ਬਾਈ ਨਾਲ ਵੀ ਮੈਂ ਮੂਵੀ ਕੀਤੀ, ਹੈ ਨਾ, ਵੀ ਉਹਨਾਂ ਨੇ ਤੁਹਾਨੂੰ ਬਹੁਤ ਵੱਡੇ ਨੇ ਉਹ, ਤੁਹਾਨੂੰ ਫੀਲ ਨਹੀਂ ਕਰਾਉਂਦੇ ਵੀ ਯਾਰ ਇਹ ਛੋਟਾ ਕਲਾਕਾਰ ਆ ਜਾਂ ਕਿਵੇਂ, ਵੀ ਉੱਥੇ ਪਤਾ ਲੱਗਦਾ ਵੀ ਹਾਂ ਯਾਰ ਵੀ ਕਿੰਨੇ ਡਾਊਨ ਟੂ ਅਰਥ ਬੰਦੇ ਨੇ, ਹੈ ਨਾ, ਉਹ ਚੀਜ਼ ਸਿੱਖਦਾ, ਹੈ ਨਾ, ਉਹ ਚੀਜ਼ ਵਧੀਆ ਲੱਗੀ ਤਾਂ ਮੈਨੂੰ ਵੀ ਐਂ ਵੀ ਰੱਬ ਧਰਤੀ ਨਾਲ ਜੋੜ ਕੇ ਰੱਖੇ ਵਧੀਆ। ਮੈਂ ਨਾ, ਮੇਰੀ ਇੱਕ ਇੱਛਾ ਸੀ, ਮੈਂ ਜਦੋਂ ਬਾਈ ਹੋਰਾਂ ਨੂੰ ਮਿਲੂ ਮੈਂ ਚੀਜ਼ ਜ਼ਰੂਰ ਪੁੱਛੂੰਗਾ। ਫਿਲਮਾਂ ਵੱਡੀਆਂ ਕੀਤੀਆਂ ਨੇ, ਕਰਦੇ ਵੀ ਰਹਿਣਾ, ਹੋਰ ਬਹੁਤ ਸਾਰੀਆਂ ਕਰਨੀਆਂ ਨੇ, ਜੋ ਤੁਹਾਡੇ ਐਪੀਸੋਡ ਚੱਲ ਰਹੇ ਨੇ, ਡੀਪੀ ਮਾਸਟਰ ਲਾ ਲਾ, ਹੋਰ ਤੁਸੀਂ ਇਹ ਕੈਰੀਅਰ ਰੱਖੋਗੇ ਕਿ ਜੋ ਇੱਕ ਟਾਈਮ 'ਤੇ ਲਾ ਦੇ ਯਾਰ ਹੁਣ ਮੈਂ ਥੀਏਟਰ ਵਾਲਾ ਆਰਟਿਸਟ ਹਾਂ, ਸ਼ਾਇਦ ਮੈਂ ਹੁਣ ਇਹ ਚੀਜ਼ ਨਾ ਕਰਾਂ? ਨਾ ਨਾ, ਜਿਹੜੀ ਅਸੀਂ ਜਿੱਥੋਂ ਜੜ੍ਹਾਂ ਨੇ ਗੀਆਂ ਆਪਣੀਆਂ, ਉਹ ਜੜ੍ਹਾਂ ਨਹੀਂ ਭੁੱਲਣੀਆਂ, ਉਹ ਤਾਂ ਕਰਨੀ ਆ ਬਾਈ। ਹਾਂ, ਮੂਵੀਆਂ ਵੀ ਕਰਾਂਗੇ ਅਤੇ ਜਦੋਂ ਫ੍ਰੀ ਆਂਗੇ ਤਾਂ ਉਹ ਵੀ ਕਰਾਂਗੇ, ਤਾਂ ਜੇ ਉਹ ਪਹਿਲਾਂ ਨੋਰਮਲ ਕਰ ਦਿਆਂਗੇ ਤਾਂ ਥੋੜ੍ਹਾ ਜਿਹਾ ਚੱਕ ਕੇ ਜੇ ਕਰ ਲਾਂਗੇ ਕੰਮ, ਪਰ ਉਹ ਵੀ ਕਰਾਂਗੇ, ਕਿਉਂਕਿ ਸਾਨੂੰ ਨਾ ਐਂ ਜਿਹਾ ਲੱਗਦਾ ਹੁੰਦਾ ਵੀ ਜਿਵੇਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਸਾਨੂੰ, ਹੈ ਨਾ, ਉਵੇਂ ਕਲਾਕਾਰ ਬਣਾਇਆ ਸਾਨੂੰ, ਵੀ ਜਿਹੜੇ ਪਿੰਡਾਂ ਵਾਲੇ ਨੇ ਅਸੀਂ ਉਹਨਾਂ ਨੂੰ ਨਾਲ ਹੀ ਰੱਖਾਂਗੇ, ਅਸੀਂ ਉਹ ਨਹੀਂ ਕਰਦੇ ਵੀ ਕਰਨੀ ਆ ਉਹ ਤਾਂ ਅਸੀਂ ਕੰਮ, ਕਿਉਂਕਿ ਸਾਡਾ ਸੱਭਿਆਚਾਰ ਆ, ਸਾਡੇ ਉਹ ਖੁੰਡਾਂ ਦੀਆਂ ਗੱਲਾਂ, ਸਾਡੇ ਦਾਦਿਆਂ ਦੀਆਂ, ਹੈ ਨਾ, ਵੀ ਉਹ ਅਸੀਂ ਨਾਲ ਹੀ ਕੰਟੀਨਿਊ ਰੱਖਣੀਆਂ। ਸ਼ਬਦ ਨੇ ਟਿਪੀਕਲ ਸ਼ਬਦ ਸਾਨੂੰ ਤੁਹਾਡੇ ਤੋਂ ਸੁਣਨ ਨੂੰ ਮਿਲਦੇ ਹੁੰਦੇ ਆ? ਹਾਂ, ਉਹ ਅਸੀਂ ਗਾਹਾਂ ਬਜ਼ੁਰਗਾਂ ਤੋਂ ਸੁਣੇ ਹੋਏ ਨੇਗੇ, ਅਤੇ ਤਾਂ ਕਰਕੇ ਅਸੀਂ ਤਾਂ ਉਹੀ ਦੇਸੀ ਕਰ ਦਿਆਂਗੇ ਪਿੰਡਾਂ ਦੀਆਂ ਚੀਜ਼ਾਂ ਨੇ ਜਿਹੜੀਆਂ, ਤਾਂ ਜਿਹੜੇ ਪਿੰਡਾਂ ਨਾਲੋਂ ਥੋੜ੍ਹਾ ਜਿਹਾ ਦੂਰ ਹੋ ਗਏ ਤਾਂ ਉਹਨਾਂ ਨੂੰ ਚੰਗੇ ਲੱਗਦੇ ਨੇ, ਵਧੀਆ ਲੱਗਦਾ। ਤੁਹਾਨੂੰ ਵੀ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਂਦੇ ਹੋਣੇ ਆ, ਸਾਨੂੰ ਵੀ ਪੁੱਛ ਲਿਆ, ਜਦੋਂ ਬਾਈ ਹੋਰਾਂ ਨੂੰ ਮਿਲੋਗੇ ਤੁਹਾਨੂੰ ਪੁੱਛਿਓ ਵੀ ਯਾਰ ਤੂੰ ਤੈਨੂੰ ਵੇਖਣਾ ਚਾਹੁੰਦੇ ਹਾਂ ਅਸੀਂ। ਥੈਂਕ ਯੂ ਬਾਈ, ਸੱਚੀ ਮੈਂ ਤਾਂ ਸੋਚਿਆ ਨਹੀਂ ਸੀ ਐਵੇਂ ਮੇਰੇ ਬਾਰੇ ਲੋਕ ਆਏ। ਧੂਤੇ ਦੇ ਕਰੈਕਟਰ 'ਚ ਦੁਬਾਰਾ? ਹਾਂ, ਧੂਤੇ ਦੇ ਕਰੈਕਟਰ 'ਚ ਬਾਈ ਥੋੜ੍ਹਾ ਕਰਾਂਗੇ ਆਪਾਂ ਜਲਦੀ, ਹੈ ਨਾ, ਅਤੇ ਥੋੜ੍ਹਾ ਇੱਧਰ ਵੀ ਬਿਜ਼ੀ ਹਾਂ ਮੈਂ ਅਤੇ ਉਹ ਬਾਈ ਹੋਰੇ ਜੱਟ ਬੀਟ ਵਾਲੇ ਉਹ ਵੀ ਬਿਜ਼ੀ ਨੇਗੇ, ਅਤੇ ਬਹੁਤ ਜਲਦੀ ਕਰਾਂਗੇ, ਰੱਬ ਕਰੂਗਾ ਕੁਛ। ਹਾਂ, ਕਰਾਂਗੇ ਬਾਈ ਕੁਛ। ਅਤੇ ਫਿਊਚਰ ਬਾਈ ਕਿਹੜੇ ਚੱਲ ਰਿਹਾ ਹੁਣ? ਬਾਈ ਮੈਂ ਗੀਪੀ ਅਤੇ ਐਮੀ ਬਾਈ ਨਾਲ ਮੈਂ ਕਰ ਰਿਹਾ ਸਰਵਾਲਾ। ਹਾਂਜੀ, ਉਹ ਕਰ ਰਿਹਾ ਮੇਰਾ, ਉਹਦੇ ਵਿੱਚ ਕਰੈਕਟਰ ਹੈਗਾ ਵਧੀਆ, ਫੁੱਫੜ ਜੀ ਦਾ ਕਰੈਕਟਰ ਹੈਗਾ। ਅੱਛਾ, ਹਾਂਜੀ, ਅਤੇ ਉਹ ਕਰ ਰਿਹਾ, ਉਹਦਾ ਇੱਕ ਦਿਨ ਦਾ ਸ਼ੂਟ ਹੋ ਗਿਆ ਹੁਣ, ਗਾਹਾਂ ਕਰਨੀ ਆ ਮੈਂ, ਵਧੀਆ ਲੱਗ ਰਿਹਾ। ਐਕਸਾਈਟਮੈਂਟ ਕਿੰਨੀ ਆ ਬਾਈ ਇਹ ਚੀਜ਼ਾਂ ਦੀ? ਬਾਈ ਹੁੰਦੀ ਆ ਜਦੋਂ ਤੁਹਾਡੇ ਪਿੰਡ ਰਹੇ ਨੇ, ਤੁਹਾਡੇ ਸੁਪਨੇ ਪੂਰੇ ਹੋਣ ਲੱਗ ਜਾਣ ਤਾਂ ਚਾਹ ਤਾਂ ਚੜ੍ਹਦੀ ਆ, ਹੈ ਨਾ, ਵੀ ਯਾਰ ਬਾਬਾ ਆਹ ਚੀਜ਼ਾਂ ਪੂਰੀਆਂ ਕਰੀ ਜਾਂਦਾ, ਮੈਨੂੰ ਤਾਂ ਇੱਕ ਜਾਦੂ ਜੀ ਲੱਗਦੀ ਆ ਜ਼ਿੰਦਗੀ, ਵੀ ਯਾਰ ਵਧੀਆ ਹੋਈ ਜਾਂਦਾ। ਆਪਾਂ ਨੂੰ ਚੰਗਾ ਸੋਚਣਾ ਚਾਹੀਦਾ, ਚੰਗੀ ਸੁਪਨੇ ਤਾਂ ਉਹ ਰੱਬ ਵਧੀਆ ਪੂਰੇ ਕਰਦਾ, ਇਹ ਮੇਰੀ ਥਿਓਰੀ ਜੀ ਹੈ। ਵੀ ਲਿਖਣ ਵਾਲਾ ਚੱਲਦਾ ਵੀਰੇ ਕੰਮ ਹੁਣ? ਜਿੱਦਾਂ ਬਾਈ ਮੈਂ ਇੰਟਰਵਿਊ ਤੁਹਾਡੀ ਸੁਣੀ ਗਿਆ, ਲਿਖਣ ਦਾ ਸ਼ੌਕ ਸੀਗਾ, ਉਹ ਗੀਤਕਾਰੀ ਚੱਲ ਰਹੀ? ਹਾਂਜੀ ਹਾਂ ਬਾਈ, ਲਿਖ ਲੈਂਦਾ ਮੈਂ, ਅਤੇ ਬਸ ਹੁਣ ਥੋੜ੍ਹਾ ਜਿਹਾ ਘੱਟ, ਥੋੜ੍ਹਾ ਜਿਹਾ ਵੀ ਯਾਰ ਹਜੇ ਵੀ ਇੱਧਰ ਕਰ ਲਈਏ ਆਪਾਂ ਸਿਸਟਮ, ਵਧੀਆ ਬਾਈ ਸਾਰਾ ਆਪਣੇ ਲਈ। ਹੁਣ ਮੈਨੂੰ ਲੱਗਦਾ ਜ਼ਿਆਦਾ ਹੁੰਦਾ ਵੀ ਹੁਣ ਆਪਣੇ ਲਈ ਕੁਛ ਲਿਖੀ। ਹਾਂ ਬਾਈ, ਮੈਂ ਤਾਂ ਪਹਿਲਾਂ ਵੀ ਆਪਦੇ ਲਈ ਲਿਖਦਾ, ਬੰਦਾ ਜਿਹੜਾ ਲਿਖਦਾ ਹੁੰਦਾ ਉਹ ਆਪਦੇ ਲਈ ਲਿਖਦਾ ਹੁੰਦਾ, ਉਹ ਤੁਹਾਡੇ ਨਾਲ ਗੱਲ ਜੁੜ ਗਈ ਅਤੇ ਹੋਰ ਨਾਲ ਐਵੇਂ ਸਾਰਿਆਂ ਨੂੰ ਆਪਦੀ ਲੱਗਦਾ ਹੁੰਦਾ, ਵਧੀਆ ਲੱਗਦਾ ਬਾਈ ਸਾਰਾ ਘੈਂਟ। ਯਾਰ ਦੋਸਤ ਉਹੀ ਮੇਰਾ ਲਾਸਟ ਸਵਾਲ ਆ, ਜਿਹੜੇ ਨਾਲ ਸ਼ੁਰੂ ਤੋਂ ਸੀਗੇ, ਕੀ ਉਹਦਾ ਉਹੀ ਸਪੋਰਟ ਆ, ਉਹੀ ਯਾਰ ਦੋਸਤ ਅੱਜ ਨਾਲ? ਮੈਂ ਤਾਂ ਉਹੀ ਆ, ਸਾਰੇ ਉਹੀ ਅਸੀਂ ਤਾਂ ਬਸ ਪਿੰਡ ਹੁੰਦੇ ਸਾਰੇ ਇੱਕੋ ਸੇਮ ਹੀ ਆਗਾ। ਮੈਨੂੰ ਤਾਂ ਬਾਈ ਲੱਗਦਾ ਨਹੀਂ ਮੈਂ ਕੋਈ ਵੀ ਬਾਹਲਾ ਵੱਡਾ ਜਾਂ ਪਤਾ ਨਹੀਂ ਬਾਈ, ਨਾ ਸੱਚੀ ਮੈਂ ਨਹੀਂ ਕਦੇ ਲਈ, ਮੈਂ ਐਂ ਫੀਲਿੰਗਾਂ ਜ਼ਰੂਰ ਲੈਂਦਾ ਹੁੰਦਾ ਵੀ ਹੁਣ ਆਹ ਚੀਜ਼ ਕਰਾਂਗੇ ਆਹ ਚੀਜ਼ ਕਰਾਂਗੇ, ਪਰ ਮੈਂ ਇਹ ਨਹੀਂ ਲੈਤੀ ਕਦੇ
ਵੀ ਯਾਰ ਰੱਬ ਮੈਂ ਕਹਿਣਾ ਮੈਨੂੰ ਉਹ ਫੀਲਿੰਗ ਵੀ ਨਾ ਦਵਾਵੇ ਮੇਰੇ ਆਪ ਹੀ ਨਾ ਦਿਮਾਗ ਦੇ ਵਿੱਚ ਉਹ ਚੀਜ਼। ਬਹੁਤ ਅੱਛਾ ਲੱਗਿਆ ਮਿਲ ਕੇ।